ਬਲਦੇਵ ਸਿੰਘ ਦੀ ਕਹਾਣੀ ਸਾਵਧਾਨ ਅੱਗੇ ਖਤਰਾ ਹੈ। ਰਣਜੀਤ ਕੰਬਾਈਨ ਨਾਲ ਕਣਕ ਵਢਵਾ ਰਿਹਾ ਸੀ। ਜਗਮੇਲ ਪਟਵਾਰੀ ਦੇ ਪਿਓ ਚੇਤ ਸਿੰਘ ਨੇ ਵੱਟ 'ਤੇ ਨਿਗਰਾਨੀ ਰੱਖ ਰਹੇ ਰਣਜੀਤ ਨੂੰ ਕੰਬਾਈਨ ਦੇ ਸ਼ੋਰ ਕਾਰਨ ਸਧਾਰਨ ਨਾਲੋਂ ਉੱਚੀ ਆਵਾਜ਼ 'ਚ ਕਿਹਾ, ਕਾਕਾ ਆ ਮੋਟਰ ਦੇ ਨਾਲ ਲੱਗਦੇ ਕਿੱਲੇ 'ਤੇ ਆ ਜਿਹਦੇ 'ਚ ਹੁਣ ਕੰਬਾਈਨ ਫਿਰਦੀ ਹੈ, ਇਹ ਕਿੱਲੇ ਨਾ ਵਹਾਈ, ਇਹ ਮੇਰੇ ਕੋਲ ਨੇ। ਤੇਰੇ ਕੋਲ ਨੇ? ਰਣਜੀਤ ਨੇ ਹੱਸ ਕੇ ਪੁੱਛਿਆ। ਹਾਂ ਮੇਰੇ ਕੋਲ ਹੀ ਨੇ, ਚੇਤ ਸਿੰਘ ਨੇ ਪੂਰੀ ਤਸੱਲੀ ਅਤੇ ਗੰਭੀਰਤਾ ਨਾਲ ਕਿਹਾ। ਉਹ ਤੇਰਾ ਮੱਥਾ ਠੀਕ ਹੈ ਤਾਇਆ? ਰਣਜੀਤ ਫਿਰ ਹੱਸਿਆ। ਮੱਥਾ ਠੀਕ ਹੈ ਤਾਂ ਹੀ ਤੈਨੂੰ ਦੱਸਣ ਆਇਆ ਕਾਕਾ, ਇਹ ਕਿੱਲਾ ਮੇਰੇ ਕੋਲ ਬੈ ਆ ਅਤੇ ਮੋਟਰ ਦੇ ਖੱਬੇ ਹੱਥ ਵਾਲੇ ਦੋਵੇਂ ਕਿੱਲੇ ਗਹਿਣੇ ਹੈ, ਜੇ ਰਜਿਸਟਰੀਆਂ ਵੇਖਣੀਆਂ ਹੋਣ ਤਾਂ ਹੱਥ ਨਹੀਂ ਘਰ ਆ ਜੀ। ਰਣਜੀਤ ਦੀ ਤਸੱਲੀ ਕਰਾ ਕੇ ਇਸ ਵਾਰ ਚੇਤ ਸਿੰਘ ਹੱਸਿਆ ਮੁਸਕੜੀਏ। ਸੁੱਤੇ ਪਿਆ ਹੀ ਬੈ ਹੋ ਗਏ ਹੈ? ਜ਼ਮੀਨ ਗਹਿਣੇ ਬੈ ਕਰਨ ਲੱਗਿਆਂ ਜੱਟ ਦਾ ਅੰਦਰ ਹਿੱਲ ਜਾਂਦਾ, ਕੀ ਗੱਲਾਂ ਕਰਦਾ ਤਾਇਆ ਸਿਆ? ਘਰਾਂ ਦੀਆਂ ਕੰਧਾਂ ਡਿੱਗ ਪੈਂਦੀਆਂ ਅਤੇ ਇੱਥੇ ਅਕਾਰਨ ਆਏ ਹਰਖ ਅਤੇ ਹੈਰਾਨੀ ਨੇ ਉਹਨੂੰ ਹੋਰ ਸੋਚਣ ਹੀ ਨਹੀਂ ਦਿੱਤਾ। ਇਹ ਭਾਈ ਕਾਕਾ ਆਪਣੇ ਬਾਪੂ ਨੂੰ ਪੁੱਛੀ ਜਾ ਕੇ, 3 ਮਹੀਨੇ ਹੋ ਗਏ ਮੈਂ ਤਾਂ ਰਕਮ ਤਾਰੀ ਫਿਰਦਾ, ਤੇਰੀ ਫਸਲ ਪੱਕ ਜਾਣ ਦੀ ਉਡੀਕ ਸੀ, ਨਹੀਂ ਤਾਂ ਵੇਖ ਲਾ 3 ਲੱਖ ਦਾ ਵਿਆਜ ਕਿੰਨਾ ਬਣਦਾ। 3 ਲੱਖ? ਰਣਜੀਤ ਦਾ ਮੱਥਾ ਤਿਉੜੀਆਂ ਨਾਲ ਭਰ ਗਿਆ। ਹਾਂ ਪੂਰੇ 3 ਲੱਖ, ਉਹ ਵੀ ਨਗਦ ਤਾਰੇ ਕਚਹਿਰੀ 'ਚ। ਚੇਤ ਸਿੰਘ ਦੇ ਸਪਸ਼ਟ ਬੋਲਾਂ 'ਚ ਸੱਚਾਈ ਝਲਕਦੀ ਸੀ, ਪਰ ਬਾਪੂ ਨੂੰ ਤਾਂ 3 ਮਹੀਨੇ ਹੋ ਗਏ ਰੁਸ ਕੇ ਘਰੋਂ ਗਏ ਨੂੰ, ਪਤਾ ਹੀ ਨਹੀਂ ਕਿੱਥੇ ਹੈ। ਭਾਲੋ ਭਾਈ ਕਾਕਾ ਉਹਨੂੰ, ਲੋੜ ਹੁਣ ਤੁਹਾਨੂੰ ਹੈ ਉਹਦੀ, ਉਹਨੂੰ ਤਾਂ ਤੁਹਾਡੀ ਲੋੜ ਨਹੀਂ ਹੈ। ਪਰ ਕੁਝ ਕਹਿੰਦਾ ਕਹਿੰਦਾ ਰਣਜੀਤ ਰੁਕ ਗਿਆ, ਫਿਰ ਪਰਲੇ ਸਿਰੇ ਪਹੁੰਚ ਗਈ ਕੰਬਾਈਨ ਮਗਰ ਤੁਰ ਪਈ। ਚੰਗਾ ਕਾਕਾ ਮੈਂ ਚੱਲਿਆ, ਜਦੋਂ ਵਾਹਣ ਵਿਹਲੇ ਹੋ ਗਏ ਅਸੀਂ ਵਾਹਾਂਗੇ ਹੁਣ, ਸਿਆਣਾ ਹੈ ਤੂੰ, ਐਵੇਂ ਠਾਣਿਆਂ ਦੇ ਚੱਕਰ ਨਾ ਪੈ ਜੀ। ਆਖ ਕੇ ਚੇਤ ਸਿੰਘ ਵੱਟੋ ਵੱਟ ਤੁਰਦਾ ਮੁੜ ਗਿਆ। ਚੇਤ ਸਿੰਘ ਦੀ ਹੁਕਮ ਵਰਗੀ ਗੱਲ ਸੁਣ ਕੇ ਰਣਜੀਤ ਖੜ ਗਿਆ, ਫਿਕਰਮਾਨ ਹੋ ਕੇ ਸੋਚਣ ਲੱਗਾ, ਇਹ ਚੇਤ ਸਿੰਘ ਦੀ ਕੋਈ ਚਾਲ ਹੈ ਜਾਂ ਸੱਚਮੁੱਚ ਹੀ ਬਾਪੂ ਬੈ ਗਹਿਣੇ ਕਰ ਗਿਆ? ਇੰਨੀ ਤਾਂ ਉਮੀਦ ਨਹੀਂ ਸੀ ਉਹਦੇ ਕੋਲੋਂ, ਅਸੀਂ ਤਾਂ ਇਹੀ ਸੋਚਦੇ ਰਹੇ ਜਦੋਂ ਕਿਸੇ ਪਾਸੇ ਰੋਟੀਆਂ ਨਾ ਮਿਲੀਆਂ ਤਾਂ ਆਪੇ ਮੁੜਾ ਉਹ ਭੁੱਖਾ ਮਰਦਾ। ਅਤੇ ਚੇਤ ਸਿੰਘ ਕਹਿੰਦਾ ਮੈਂ 3 ਲੱਖ ਦਿੱਤਾ ਉਹਨੂੰ, ਇੰਨੇ ਪੈਸੇ ਲੈ ਕੇ ਕਿੱਧਰ ਗਿਆ ਹੋਇਆ? ਖਾ ਗਿਆ ਹੋਊ, ਠੱਗਾਂ ਦੇ ਹੱਥ ਹੀ ਨਾ ਚੜ ਗਿਆ ਹੋਵੇ। 3 ਮਹੀਨੇ ਹੋ ਗਏ ਗੱਲ ਨੂੰ, ਚੇਤ ਸਿੰਘ ਨੇ ਵੀ ਧੂੰਆਂ ਨਹੀਂ ਕੱਢਿਆ, ਅੰਦਰ ਖਾਤੀ ਖਿਚੜੀ ਪੱਕ ਗਈ, ਜ਼ਮੀਨ ਵੀ ਗਈ, ਪੈਸੇ ਵੀ ਗਏ। ਰਣਜੀਤ ਜਾਂਦੇ ਚੇਤ ਸਿੰਘ ਨੂੰ ਕਿੰਨਾ ਚਿਰ ਵਹਿੰਦਾ ਰਿਹਾ, ਕਣਕ ਵਢਾਉਣ ਦਾ ਸਾਰਾ ਆਨੰਦ ਕਿਰਕਰਾ ਹੋ ਗਿਆ। ਉਹਨੇ ਉਚੇਚੇ ਤੌਰ 'ਤੇ ਕੰਬਾਈਨ ਵਾਲਿਆਂ ਨੂੰ ਕਿਸੇ ਹੋਰ ਦਾ ਨੰਬਰ ਭੰਨ ਕੇ ਮਨਾਇਆ ਹੋਇਆ ਸੀ। ਆਥਣ ਵੇਲੇ ਦੇਸੀ ਸ਼ਰਾਬ ਨਾਲ ਉਹਨਾਂ ਦੀ ਸੇਵਾ ਕਰਨੀ ਸੀ, ਪਰ ਉਸ ਕੋਲੋਂ 3 ਕਿੱਲੇ ਖੁਸ ਰਹੇ ਸੀ। ਖੁਸ ਰਹੇ ਕਿ ਖੁਸ ਹੀ ਗਏ ਸੀ? 1 ਕਿੱਲਾ ਬੈ ਵਾਲਾ ਤਾਂ ਸਦਾ ਲਈ, ਅਤੇ ਗਹਿਣੇ ਵਾਲੇ 2 ਕਿੱਲੇ ਵੀ ਪਤਾ ਨਹੀਂ ਉਸ ਕੋਲੋਂ ਛੁਡਵਾਏ ਜਾਣਗੇ ਵੀ ਕਿ ਨਹੀਂ। ਉਹ ਉਦਾਸ ਹੋਇਆ, ਮੋਟਰ ਵਾਲੀ ਕੋਠੜੀ ਵੱਲ ਮੁੜ ਪਿਆ ਅਤੇ ਡੇਕ ਦੀ ਛਾਵੇਂ ਮੰਜੇ 'ਤੇ ਬਿਮਾਰਾਂ ਵਾਂਗ ਆ ਬੈਠਾ। ਇਹ ਕੀ ਕੀਤਾ ਬਾਪੂ ਨੇ? ਜੱਟ ਤਾਂ ਆਪਣੀ ਵੱਟ ਨਹੀਂ ਵੱਢਣ ਦਿੰਦਾ ਕਿਸੇ ਨੂੰ, ਅਤੇ ਉਹਨੇ 3 ਕਿੱਲੇ ਹੱਥੋਂ ਗਵਾ ਲਏ, ਉਹ ਵੀ ਚੁੱਪ ਚਾਪ, ਘਰ ਦੀਆਂ ਕੰਧਾਂ ਤੱਕ ਨੂੰ ਖਬਰ ਨਹੀਂ, ਹੁਣ ਪਤਾ ਨਹੀਂ ਕਿੱਥੇ ਹੋ। ਠੀਕ ਹੈ ਉਸ ਦਿਨ ਮੈਥੋਂ ਥੋੜ੍ਹੀ ਜਿਹੀ ਜ਼ਿਆਦਤੀ ਹੋ ਗਈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਜੇ ਕੱਲ੍ਹ ਨੂੰ ਸਾਰੀ ਵੇਚ ਦੇਵੇ, ਘਰ ਵੇਚ ਦੇਵੇ, ਫਿਰ ਸਾਰੇ ਟੱਬਰ ਨੂੰ ਮੰਗਤੇ ਬਣਾ ਦਿਉ, ਉਹਨੂੰ ਤਾਂ ਲੱਭਣਾ ਪਊਗਾ, ਰਿਸ਼ਤੇਦਾਰੀਆਂ 'ਚ ਤਾਂ ਹੋਣਾ ਨਹੀਂ, ਨਹੀਂ ਤਾਂ ਹੁਣ ਨੂੰ ਪਤਾ ਲੱਗ ਜਾਂਦਾ ਜੇ ਦਿੱਲੀ ਦੱਖਣ ਨੂੰ ਤੁਰ ਗਿਆ ਹੋਇਆ। ਫਿਰ ਇਹਨਾਂ ਗਿਣਤੀਆਂ ਮਿਣਤੀਆਂ 'ਚ ਆਥਣ ਵੇਲੇ ਬਣਾਏ ਪ੍ਰੋਗਰਾਮਾਂ ਦਾ ਸਾਰਾ ਚਾ ਮੱਠਾ ਪੈ ਗਿਆ। ਉਹ ਆਪਣੇ ਬਾਪੂ ਨੂੰ ਲੱਭਣ ਦੀਆਂ ਵਿਉਂਤਾਂ ਬਣਾਉਣ ਲੱਗਾ।
ਬਾਕੀ ਦਾ ਸਾਰਾ ਦਿਨ ਰਣਜੀਤ ਉਖੜਿਆ ਉਖੜਿਆ ਰਿਹਾ। ਕੰਬਾਈਨ ਦਾ ਡਰਾਈਵਰ ਅਤੇ ਇੱਕ ਕਰਿੰਦਾ ਉਹਨੂੰ ਕਦੇ ਕਦੇ ਛੇੜ ਜਾਂਦੇ। ਕੀ ਗੱਲ, ਝਾੜ ਘੱਟ ਨਿਕਲਿਆ ਸਰਦਾਰ? ਨਹੀਂ, ਰਣਜੀਤ ਹੈਰਾਨ ਹੋਇਆ। ਫਿਰ ਦਾਰੂ ਪਿਆਉਣ ਦਾ ਮਾਰਾ ਤਾਂ ਨਹੀਂ ਚੁੱਪ ਵੱਟੀ ਬੈਠਾ? ਰਣਜੀਤ ਉਪਰਾ ਅਤੇ ਫਿੱਕਾ ਜਿਹਾ ਹੱਸਿਆ। ਆਥਣੇ ਰੋਟੀ ਲੈ ਕੇ ਆਉਣ ਲਈ ਪਿੰਡ ਜਾਣ ਲੱਗਿਆ ਉਹ ਆਪਣੇ ਸੀਰੀ ਨੂੰ ਉਹਨਾਂ ਦੀ ਸੇਵਾ ਕਰਨ ਵਾਸਤੇ ਸਮਝਾ ਗਿਆ। ਘਰ ਆ ਕੇ ਉਹਦਾ ਨਹਾਉਣ ਨੂੰ ਜੀ ਨਾ ਕੀਤਾ। ਰੋਟੀ ਤਿਆਰ ਹੋਣ ਦੀ ਉਡੀਕ ਵਿੱਚ ਉਹ ਨਿੰਮੋ ਝੂਣਾ ਜਿਹਾ ਵਿਹੜੇ 'ਚ ਬੈਠ ਗਿਆ। ਉਹਦੀ ਘਰ ਵਾਲੀ ਛਿੰਦੋ ਹੈਰਾਨ ਹੋਈ, ਉਸ ਵੱਲ ਬਾਰ ਬਾਰ ਝਾਕੀ। ਇਹਨੂੰ ਕੀ ਹੋ ਗਿਆ, ਕਿਸੇ ਨਾਲ ਲੜਦਾ ਨਹੀਂ ਪਿਆ? ਬੇਬੇ ਨੂੰ ਚੌਂਕੇ ਦੀ ਨਿਗਾਹ ਰੱਖਣ ਲਈ ਕਹਿ ਕੇ ਛਿੰਦੋ ਉਹਦੇ ਕੋਲ ਆ ਗਈ। ਕੀ ਗੱਲ ਹੋ ਗਈ, ਐਂ ਬੈਠਾ? ਹੋਰ ਕਿਵੇਂ ਬੈਠਾ, ਰਣਜੀਤ ਮੂਹਰੋਂ ਰੁੱਖਾ ਬੋਲਿਆ। ਨੱਚਣ ਲੱਗ ਜਾ, ਤੁਸੀਂ ਤਾਂ ਗਲ ਪੈਂਦੇ ਆ, ਛਿੰਦੋ ਨੇ ਰੋਸਾ ਕੀਤਾ। ਗਲ ਨਾ ਪਵਾਂ ਤਾਂ ਕੀ ਕਰਾਂ, ਬਾਪੂ ਜਿਹੜੀਆਂ ਭੱਦਰਕਾਰੀਆਂ ਕਰੀ ਬੈਠਾ, ਹੁਣ ਮੈਂ ਕੀ ਕਹਾਂ ਉਹਨੂੰ? ਗਾਲਾਂ ਕੱਢਦਾ ਚੰਗਾ ਲੱਗਦਾ ਮੈਂ? ਬੇਬੇ ਔਕੜ ਕੇ ਕੰਧੋਲੀ ਉੱਪਰੋਂ ਦੀ ਦੋਹਾਂ ਵੱਲ ਝਾਕੀ। ਬਾਪੂ ਦਾ ਨਾਂ ਆਏ ਤੋਂ ਕੁਝ ਸਾਵਧਾਨ ਹੋ ਗਈ। ਕੀ ਕਰਤੀਆਂ ਭੱਦਰਕਾਰੀਆਂ ਉਹਨੇ? ਹੈ ਕਿੱਥੇ, ਮਿਲਿਆ ਸੀ ਤੈਨੂੰ? ਛਿੰਦੋ ਕਈ ਸਵਾਲ ਕਰ ਗਈ। ਜੇ ਮਿਲ ਪੈਂਦਾ ਤਾਂ ਲੱਤਾਂ ਨਾ ਵੜ ਦਿੰਦਾ ਉਹਦੀਆਂ, ਗੁੱਸੇ ਨਾਲ ਰਣਜੀਤ ਦਾ ਚਿਹਰਾ ਭਖਣ ਲੱਗਾ। ਬੇਬੇ ਆਟੇ ਦੇ ਲਿਬੜੇ ਹੱਥ ਲਈ ਉਹਨਾਂ ਦੇ ਕੋਲ ਆ ਖੜੀ। ਨਾ ਹੁਣ ਕੀ ਕਰਤਾ ਉਹਨੇ ਭਾਈ, ਤੂੰ ਕੱਪੜਿਓਂ ਬਾਹਰ ਹੋਇਆ ਬੈਠਾ ਹੈ, 3 ਮਹੀਨੇ ਹੋ ਗਏ ਘਰੋਂ ਨਿਕਲੇ ਨੂੰ, ਉਹ ਬਾਹਰ ਧੱਕੇ ਖਾਂਦਾ ਫਿਰਦਾ ਵੀ ਤੁਹਾਡੇ ਦੰਦੀਆਂ ਵੜਦਾ ਹੈ? ਬੇਬੇ ਅੰਦਰੋਂ ਅੰਦਰ ਤਪੀ ਹੋਈ ਸੀ। ਬੇਬੇ ਬਾਹਰ ਧੱਕੇ ਖਾਂਦੇ ਫਿਰਦੇ ਨੇ ਵੀ 2 ਕਿੱਲੇ ਗਹਿਣੇ ਕਰਤੇ, 1 ਬੈ ਕਰਤਾ, 3 ਲੱਖ ਲੈ ਕੇ ਪਤਾ ਨਹੀਂ ਕਿੱਥੇ ਬੈਠਾ ਹੋਊ। ਮੈਂ ਕਿਸੇ ਕੰਜਰ ਨੂੰ ਵੱਟ 'ਤੇ ਨਹੀਂ ਸੀ ਖੜਨ ਦਿੰਦਾ, ਹੁਣ ਅਗਲੇ ਆ ਕੇ ਕਹਿ ਗਏ ਅਸੀਂ ਵਾਹਾਂਗੇ। ਇਹੋ ਜਿਹੀਆਂ ਕਰਤੂਤਾਂ ਕਰਦਾ ਫਿਰਦਾ ਹੈ ਉਹ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਉਹਨੇ ਜ਼ਮੀਨ ਵੇਚਣ ਦੀ ਸੋਚੀ ਕਿਵੇਂ। ਤੁਹਾਨੂੰ ਹੀ ਭਾਈ ਘਰੇ ਤੁਰਿਆ ਫਿਰਦਾ ਬੁਰਾ ਲੱਗਦਾ ਸੀ, ਆਹ ਰਕਾਨ ਕਹਿੰਦੀ ਸੀ ਮੇਰੇ ਵੱਲ ਝਾਕਦਾ ਰਹਿੰਦਾ। ਮੈਂ ਤਾਂ ਬੋਲੀ ਨਹੀਂ ਭਾਈ, ਉਹ ਤਾਂ ਬੰਦਾ ਹੈ, ਕਿਤੇ 4 ਦਿਨ ਕੱਟ ਲੂ, ਮੈਂ ਕਿੱਧਰ ਜਾਊਂ? ਬੇਬੇ ਦੀ ਖਰਵੀ ਅਤੇ ਵੱਢਵੀਂ ਗੱਲ 'ਤੇ ਛਿੰਦੋ ਧਮਕ ਗਈ। ਕਿਉਂ ਕੁਫਰ ਤੋਲਦੀ ਹੈ ਬੇਬੇ, ਤੇਰੇ ਪੁੱਤ ਦਾ ਹੀ ਸਿਆਪਾ ਪਾਇਆ ਸਾਰਾ, ਇਹ ਕਿਸੇ ਨਾਲ ਮਿਲ ਕੇ ਕੱਟਣ ਵੀ? ਕਦੇ ਇਹਨੂੰ ਬਾਪੂ ਖੇਤ ਗਿਆ ਬੁਰਾ ਲੱਗਦਾ ਸੀ, ਕਦੇ ਘਰ ਬੈਠਾ ਬੁਰਾ ਲੱਗਦਾ ਸੀ। ਆਖ ਕੇ ਛਿੰਦੋ ਤਵੇ 'ਤੇ ਪਈ ਸੜਦੀ ਰੋਟੀ ਦਾ ਮੁਸ਼ਕ ਆਏ ਤੋਂ ਚੌਂਕੇ ਵੱਲ ਵੱਗ ਗਈ। ਆਹੋ, ਹੁਣ ਤਾਂ ਸਾਰਾ ਕਸੂਰ ਮੇਰਾ ਹੀ ਹੈ। ਬੇਬੇ ਤੈਨੂੰ ਪਤਾ ਹੈ ਇਹਦਾ ਭਰਾ ਆਏ ਤੋਂ ਉਹਦੇ ਸਾਹਮਣੇ ਤੈਨੂੰ ਕੀ ਅਵਾ ਤਵਾ ਬੋਲਦਾ ਸੀ? ਗੱਲ ਤਾਂ ਇੰਨੀ ਸੀ ਵੀ ਮੱਝ ਨੂੰ ਪੱਠੇ ਪਾਉਣੇ ਸੀ, ਕਿੰਨੀਆਂ ਗਾਲਾਂ ਕੱਢੀਆਂ ਉਹਨੇ, ਮੇਰਾ ਰਿਸ਼ਤੇਦਾਰ ਕੀ ਸੋਚਦਾ ਹੋਊ, ਬੇਇੱਜ਼ਤੀ ਨਹੀਂ ਹੁੰਦੀ ਬੰਦੇ ਦੀ। ਭਾਈ ਕਾਕਾ, ਪਤਾ ਹੈ ਮੈਨੂੰ, ਮੱਝ ਡਿੰਗੀ ਜਾਂਦੀ ਸੀ, ਤੁਸੀਂ ਦੋਵੇਂ ਦਾਰੂ ਪੀਣ 'ਚ ਮਸਤ ਸੀਗੇ, ਉਹਨੇ ਇੰਨਾ ਹੀ ਕਿਹਾ ਸੀ ਫਿਰ ਮਰ ਲਿਓ ਦਾਰੂ, ਪਹਿਲਾਂ ਬੇਜ਼ਬਾਨ ਨੂੰ ਪੱਠੇ ਪਾ ਦਿਓ, ਕੀ ਬੁਰਾ ਕਹਿਤਾ। ਚਲੋ ਜੇ ਕਹਿ ਵੀ ਦਿੱਤਾ, ਤੇਰਾ ਪਿਓ ਸੀ, ਇੰਨਾ ਵੀ ਹੱਕ ਨਹੀਂ ਉਹਦਾ, ਤੂੰ ਮੋਹਰੋਂ ਕਿੰਨਾ ਅੜਬ ਬੋਲਿਆ, ਯਾਦ ਹੋਣਾ ਤੈਨੂੰ? ਬੇਬੇ ਦੀਆਂ ਗੱਲਾਂ ਸੁਣ ਕੇ ਰਣਜੀਤ ਨੀਵੀਂ ਪਾ ਗਿਆ, ਫਿਰ ਕੌੜਾ ਕੌੜਾ ਝਾਕਿਆ ਪਰ ਬੋਲਿਆ ਕੁਛ ਨਾ। ਛਿੰਦੋ ਫਿਰ ਕੋਲੇ ਆ ਖੜੀ। ਮੈਨੂੰ ਯਾਦ ਹੈ ਪੁੱਤ, ਤੇਰਾ ਇੱਕ ਇੱਕ ਬੋਲ ਯਾਦ ਹੈ, ਤੂੰ ਆਖਿਆ ਸੀ ਬੁੜਿਆ ਨੂੰ ਜਾਂ ਤਾਂ ਆਪ ਮਰ ਜਾਣਾ ਚਾਹੀਦਾ ਹੈ ਜਾਂ ਟੀਕੇ ਲਾ ਕੇ ਮਾਰ ਦੇਣੇ ਚਾਹੀਦੇ ਹੈ, ਇਹਨਾਂ ਤੋਂ ਚੁੱਪ ਕਰਕੇ ਬੈਠਿਆ ਹੀ ਨਹੀਂ ਜਾਂਦਾ, ਪੱਕੀਆਂ ਪਕਾਈਆਂ ਰੋਟੀਆਂ ਨਹੀਂ ਖਾਧੀਆਂ ਜਾਂਦੀਆਂ, ਇਹੀ ਕੁਛ ਕਿਹਾ ਆਖਿਆ ਸੀ ਨਾ? ਪੁੱਤੋ ਤੇਰੇ ਬਰਾਬਰ ਕੰਮ ਕਰਦਾ ਸੀ ਅਤੇ ਮੈਂ ਤੇਰੀ ਰੰਨ ਦੇ ਬਰਾਬਰ ਕੰਮ ਕਰਦੀ ਹਾਂ, ਪੱਕੀਆਂ ਪਕਾਈਆਂ ਕਿਹਨੂੰ ਮਿਲਦੀਆਂ ਅੱਜ ਕੱਲ੍ਹ? ਗੁੱਸੇ 'ਚ ਬੇਬੇ ਦੀਆਂ ਕੱਲੀਆਂ ਡੰਡੀਆਂ ਹਿੱਲ ਰਹੀਆਂ ਸੀ। ਛਿੰਦੋ ਅਤੇ ਰਣਜੀਤ ਇੱਕ ਦੂਜੇ ਵੱਲ ਝਾਕਦੇ ਤਾਂ ਰਹੇ ਪਰ ਬੇਬੇ ਦੀਆਂ ਗੱਲਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਬੇਬੇ 2-2.5 ਮਹੀਨਿਆਂ ਦੀ ਭਰੀ ਪੀਤੀ ਫਿਰਦੀ ਸੀ, ਉਹ ਫੇਰ ਬੋਲੀ, ਚਲੋ ਜੇ ਹਰਖ ਚਾ ਕੇ ਉਹਨੇ ਕਹਿਤਾ ਬਈ ਜੇ ਮਾੜੇ ਲੱਗਦੇ ਹੈ
ਤਾਂ ਮੈਂ ਘਰੋਂ ਨਿਕਲ ਜਾਂਦਾ। ਕੀ ਆਖਿਆ ਸੀ ਤੂੰ ਉਦੋਂ? ਘਰੋਂ ਜਾਣਾ ਤਾਂ ਜਾ, ਅਤੇ ਉਹ ਭਾਈ ਕਾਕਾ ਤੁਰ ਪਿਆ। ਪਹਿਲਾਂ ਤਾਂ ਬੇਬੇ ਉਹਨੇ ਹੀ ਕਿਹਾ ਸੀ, ਬੁਰਾ ਲੱਗਦਾ ਹੈ ਤਾਂ ਨਿਕਲ ਜਾਂਦਾ ਹੈ, ਰਣਜੀਤ ਨੇ ਸਫਾਈ ਦੇਣੀ ਚਾਹੀਦੀ, ਅਤੇ ਤੂੰ ਕਹਿ ਤਾਂ ਜਾ। ਬੇਬੇ ਵਿਅੰਗ ਨਾਲ ਹੱਸੀ, ਇਹੀ ਹੈ ਪਿਓ ਪੁੱਤ ਦਾ ਰਿਸ਼ਤਾ, ਹੋਰ ਕੀ ਕਹਿੰਦਾ, ਜੂੜ ਪਾ ਲੈਂਦਾ ਉਹਦੇ। ਰਣਜੀਤ ਖਿਜ ਗਿਆ, ਹੁਣ ਤਪੀ ਕਿਉਂ ਜਾਂਦਾ ਫਿਰ, ਤੁਰਿਆ ਫਿਰਨ ਦੇ ਜਿੱਥੇ ਤੁਰਿਆ ਫਿਰਦਾ। ਮੈਂ ਤਾਂ ਤੈਨੂੰ ਅਲਫੋਂ ਬੇ ਨਹੀਂ ਕਹੀ, ਉਹ ਤੂੰ ਵੀ ਹੱਦ ਕਰਦੀ ਹੈ ਬੇਬੇ, ਉਹ ਜ਼ਮੀਨ ਵੇਚ ਕੇ ਐਂ ਕਿਵੇਂ ਤੁਰਿਆ ਫਿਰੂਗਾ ਉਹ। ਰਣਜੀਤ ਪੂਰੇ ਹਰਖ ਨਾਲ ਬੋਲਿਆ, ਕੀ ਕਰ ਲਏਂਗਾ ਤੂੰ ਜੇ ਬਾਕੀ ਦੇ ਵੀ ਗਹਿਣੇ ਬੈਕ ਕਰ ਗਿਆ? ਐਂ ਕਿਵੇਂ ਕਰਜੂ, ਜਿਵੇਂ ਅੱਗੇ ਕਰ ਗਿਆ ਹੁਣ ਵੀ ਕਰਜੂ? ਉਹਦੀ ਜ਼ਮੀਨ ਹੈ, ਉਹ ਕਰ ਸਕਦਾ, ਨਾਲੇ ਜਦੋਂ ਬੰਦੇ ਨੂੰ ਚੇਹ ਚੜ੍ਹ ਜਾਏ ਨਾ, ਫਿਰ ਕਿਸੇ ਗੁਰਪੀਰ ਦਾ ਨਹੀਂ ਹੁੰਦਾ। ਬੇਬੇ ਦੀ ਇਸ ਕੌੜੀ ਸੱਚਾਈ ਨਾਲ ਰਣਜੀਤ ਨੂੰ ਆਪਣੇ ਪੈਰਾਂ ਹੇਠੋਂ ਧਰਤੀ ਖਿਸਕਦੀ ਜਾਪੀ, ਉਹ ਸੱਚਮੁੱਚ ਫਿਕਰਵਾਨ ਹੋ ਗਿਆ। ਅੱਜ ਤਿੰਨਾਂ ਕੇਲਿਆਂ ਤੋਂ ਹੱਥ ਧੋਣਾ ਪਿਆ, ਕੱਲ੍ਹ ਨੂੰ ਸਾਰਾ ਕੁਛ ਹੀ ਹੱਥੋਂ ਨਾ ਨਿਕਲ ਜਾਏ। ਭੌਲੀ ਮਾਮਲੇ ਤੋਂ ਲੈ ਕੇ ਵਾਹੁਣੀ ਪਈ ਤਾਂ ਸ਼ਰੀਕਾਂ ਦੇ ਥੱਲੇ ਲੱਗਣਾ ਪਊ। ਦੁਖੀ ਮਨ ਨਾਲ ਰੋਟੀ ਲੈ ਕੇ ਉਹ ਖੇਤ ਚਲਾ ਗਿਆ, ਉੱਥੇ ਦਾਰੂ ਵੀ ਪੀਤੀ, ਪਰ ਅੱਜ ਉਹਨੂੰ ਨਸ਼ਾ ਨਹੀਂ ਸੀ ਚੜ੍ਹ ਰਿਹਾ। ਦਿਮਾਗ 'ਚ ਬਾਪੂ ਦਾ 300,000 ਅਤੇ ਬਾਕੀ ਰਹਿੰਦੀ ਜ਼ਮੀਨ ਦਾ ਫਿਕਰ ਹੀ ਘੁੰਮਦਾ ਰਿਹਾ। ਰਾਤ ਨੂੰ ਵੀ ਉਹਨੂੰ ਨੀਂਦ ਨਾ ਆਈ, ਕਦੇ ਉਹਨੂੰ ਆਪਣੇ 'ਤੇ ਖਿਝ ਆਉਂਦੀ, ਕਦੇ ਛਿੰਦੋ 'ਤੇ ਗੁੱਸਾ ਆਉਂਦਾ। ਉਹਨੇ ਹੀ ਬਹੁਤਾ ਸਿਆਪਾ ਪੁਆਇਆ, ਆਖਦੀ ਸੀ ਇਹਦੇ ਰੋਟੀ ਪਸੰਦ ਨਹੀਂ ਆਉਂਦੀ, ਕਦੇ ਆਖੂ ਦਾਲ 'ਚ ਲੂਣ ਬਹੁਤਾ ਹੈ, ਕਦੇ ਆਖੂ ਇੰਨਾ ਘੱਟ ਕਾਹਤੋਂ ਪਾਇਆ। ਕਹਿੰਦੀ ਸੀ ਮੇਰੇ ਵੱਲ ਵੀ ਚੋਰ ਅੱਖਾਂ ਨਾਲ ਝਾਕਦਾ ਰਹਿੰਦਾ। ਇੱਕ ਦਿਨ ਬੇਬੇ ਦੇ ਨਾਲ ਲੱਗਿਆ ਖੜਾ ਸੀ, ਇਹਨੂੰ ਤਾਂ ਪਾਸੇ ਕਰੀਏ ਆਪਾਂ, ਕਰ ਲਾ ਹੁਣ ਪਾਸੇ, ਮੰਗਤੇ ਬਣਾ ਕੇ ਛੱਡੂ ਆਪਾਂ ਨੂੰ। ਹੁਣ ਚੇਤ ਸਿੰਘ ਨੇ ਆ ਕੇ ਕਿਹਾ, 3 ਕਿੱਲੇ ਨਾ ਵਾਹੀ, ਜੇ ਕੱਲ੍ਹ ਨੂੰ ਕੋਈ ਹੋਰ ਆ ਗਿਆ ਫਿਰ? ਭਾਲਾਂ ਤਾਂ ਸਹੀ, ਉਹਨੂੰ ਕੰਜਰ ਨੂੰ ਕਿੱਥੇ ਹੈ, ਗਲਤੀ ਮੰਨ ਕੇ ਇੱਕ ਵਾਰ ਪਿੰਡ ਲੈ ਆਈਏ, ਗਹਿਣੇ ਵਾਲੀ ਤਾਂ ਛੁਡਾ ਵੀ ਲਾਂਗੇ, ਬਾਕੀ ਦੀ ਬੈ ਹੁਣ ਉਹ ਤਾਂ ਬੱਜੂ। ਤੜਕੇ ਜੇ ਉਹਦੀ ਅੱਖ ਲੱਗੀ, ਜਾਪਿਆ ਬਾਪੂ ਸਰਾਣੇ ਖੜ੍ਹਾ, ਉਹ ਤਰਬ ਕੇ ਉੱਠਿਆ, ਉਹਦਾ ਸੀਰੀ ਉਹਨੂੰ ਜਗਾ ਰਿਹਾ ਸੀ। ਬਾਈ ਚਾਹ ਲੈ ਕੇ ਆਵਾਂ ਕਿ ਤੂੰ ਜਾਏਂਗਾ? ਮੈਂ ਹੀ ਜਾਂਦਾ, ਰਣਜੀਤ ਨੇ ਉਬਾਸੀ ਲਈ। ਦੇਸੀ ਦਾਰੂ ਦੀ ਹਵਾੜ ਦੂਰ ਤੱਕ ਆਈ, ਸਿਰ ਭਾਰਾ ਭਾਰਾ ਲੱਗਿਆ। ਅਣਮੰਨੇ ਜੇ ਮਨ ਨਾਲ ਉੱਠ ਕੇ ਬਾਕੀ ਰਹਿੰਦੀ ਕਣਕ ਵੱਲ ਝਾਕਿਆ ਅਤੇ ਸੀਰੀ ਵੱਲ ਝਾਕ ਕੇ ਬੋਲਿਆ, ਲੈ ਲਿਆ ਕੰਮ, ਬਸ 2-3 ਘੰਟਿਆਂ ਦਾ ਕੰਮ ਹੈ, ਚੱਲ ਨਿਬੜਿਆ ਜੱਬ, ਫਿਰ ਸ਼ਹਿਰ ਵੀ ਜਾਣਾ ਅੱਜ। ਆਖ ਕੇ ਉਹ ਚਾਹ ਲੈਣ ਪਿੰਡ ਨੂੰ ਤੁਰ ਪਿਆ। ਧੰਨਵਾਦ, ਚੱਲਦਾ।